All right.
प्राणवत नानक हुकुम पछाणे
Thank you.
ਸੇਵਕ ਨਾਮ ਵੀ ਸਿੱਖ ਦਾ ਹੀ ਹੈ। ਸੇਵਕ ਸਿੱਖ ਪੂਜਣ ਸਭ ਆਵੇ, ਆਪਾਂ ਸਾਰੇ ਆ ਰਹੇ ਹਾਂ। ਗੁਰੂ ਨੂੰ ਨਮਸਕਾਰ ਕਰਦੇ ਆ, ਪੂਜਾ ਕਰਦੇ ਆ, ਧੂਪ ਦੀਪ ਆਦਿ ਜੋ ਵੀ ਹੁੰਦਾ ਹੈ। ਗਾਵੇ ਹਰ ਹਰ ਉੱਤਮ ਬਾਣੀ, ਬਾਣੀ ਵੀ ਗਾ ਲਿਆ ਗੁਰੂ ਦੀ ਹਜ਼ੂਰੀ ਚਾ ਗਏ। ਗਾ ਲਿਆ ਸੁਣਿਆ ਤਿਲਕਾ ਹਰ ਥਾਏ ਪਾਵੈ, ਗੁਰੂ ਹੈ ਸਰਬੱਤ ਉਹ ਜਾਣਦਾ ਵੀ ਕਿਹੜੇ ਭਰੋਸੇ ਨਾਲ ਇਹ ਗਾਉਂਦਾ ਬਾਣੀ। ਆਇਆ ਮਾਇਆ ਦਾ ਫੋਨਾ ਰੱਖ ਕੇ ਤਾਂ ਨੀ ਗਾਉਂਦਾ ਬਾਣੀ, ਕਿਤੇ ਫਲ ਨਹੀਂ ਮਿਲੇਗਾ ਜਿਹਦੇ ਮਨ ਦੇ ਵਿੱਚ ਮਾਇਆ ਦੀ ਇੱਛਾ। ਮੈਨੂੰ ਮਾਇਆ ਮਿਲੇ ਨਹੀਂ ਫਲ ਮਿਲੇਗਾ, ਮਾਇਆ ਜਰੂਰ ਮਿਲ ਜਾਵੇ। ਗੁਰੂ ਕੋਲ ਚਾਰੇ ਪਦਾਰਥ ਨੇ, ਕੋਈ ਲੈ ਲਓ ਸੇਵਾ ਕਰਕੇ, ਪਰ ਜਿਹੜਾ ਸਭ ਤੋਂ ਵੱਡਾ ਮੁਕਤ ਆ ਜਿਹਨੂੰ ਨਜਾਤ ਕਹਿੰਦੇ ਨੇ, ਉਹ ਬਗੈਰ ਆਗਿਆ ਹੁਕਮ ਸੇ ਕਦੇ ਨੀ ਮਿਲੇ। ਗਾਵਿਆ ਸੁਣਿਆ ਹਰ ਤਿਨਕਾ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਜਿਹਨੂੰ ਹੁਕਮ ਕਹਿੰਦੇ ਨੇ। ਸਤ 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 ਕਰਮਾਂ ਦੀ ਰਾਮਦਾਸ ਗੁਰੂ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੋਤ ਜਗਾਉਂਦੇ ਨੇ ਗੁਰਮੁਖ, ਬੜੇ ਪੁੱਤਰ ਨੂੰ ਸੱਦ ਕੇ ਆਗਿਆ ਕੀਤੀ, ਸੁਪੁੱਤਰ ਜੀ ਜਾਓ ਸਿਆਰੀ ਮਨ ਦੇ ਨਾਲ, ਪਰ ਗੁਰਮੁਖ ਜਵਾਬ ਦੇ ਦਿੱਤਾ। ਫੇਰ ਹੋ ਗਿਆ, ਜਿਹੜਾ ਫੇਰ ਹੋ ਜਾਵੇ ਅਗਲੀ ਜਮਾਤ ਵੀ ਨੀ ਬੈਠ ਸਕਦਾ। ਜੇ ਤਿੰਨ ਗੇਲ ਫੇਰ ਆਵੇ ਫਿਰ ਉਹਨੂੰ ਸਕੂਲ ਚ ਰੜ ਦਿੰਦੇ। ਆਹ ਦੱਸਿਆ ਵੀ ਜਿਹੜਾ ਗੁਰੂ ਦੀ ਆਗਿਆ ਮੰਨਦਾ ਉਹ ਸੋਲਾ ਨੇ ਪੁੰਨ ਕਰਦਾ, ਪੜੋ ਪ੍ਰੇਮ ਨਾਲ ਤਿੰਨ ਦੱਸਿਆ ਦੇ। ਸੇਵਾ ਸੇਵਾ
ਜਿਹੜਾ ਗੁਰ ਸਿੱਖ ਗਿਆਨ ਮੱਤਾ ਦੇ ਵਿੱਚ ਸ਼ੇਸ਼ ਹੁੰਦੇ ਹਨ, ਅਸਲਾਮ ਦੇ ਵਿੱਚ ਮਰੀਦ ਕਹਿੰਦੇ ਇਹਨਾਂ ਨੂੰ ਮਰੀਦ, ਜਿੰਨਾ ਚਿਰ ਹੁਕਮ ਦੇ ਵਿੱਚ ਨਹੀਂ ਖੜਦੇ ਕਦੇ ਵਸਤੂ ਪ੍ਰਾਪਤ ਨਹੀਂ ਹੋਵੇ। ਅਮਰਦਾਸ ਮਹਾਰਾਜ ਜੀ ਗੋਇੰਦਵਾਲ ਸਾਹਿਬ ਜੋਤ ਜਗਾਉਂਦੇ ਨੇ, ਬਹੁਤ ਪ੍ਰੇਮੀ ਆਉਂਦੇ ਨੇ। ਇੱਕ ਪ੍ਰੇਮੀ ਆਇਆ, ਨਮਸਕਾਰ ਕਰੀ, ਹੱਥ ਬੰਨ ਕੇ ਖੜ ਗਿਆ ਸਾਹਮਣੇ, ਕਹਿੰਦਾ ਮਹਾਰਾਜ ਜੀ ਕਿਰਪਾ ਕਰੋ ਮੈਨੂੰ ਗੁਰਸਿੱਖੀ ਦੀ ਦਾਤ ਦੇ ਦਿਓ, ਚਰਨਾਮਰਤ ਦੇ ਦਿਓ, ਨਾਮ ਦੀ ਦਾਤ ਦੇ ਦਿਓ, ਮਨੁੱਖਾਂ ਦੇ ਪ੍ਰਾਪਤ ਹੋਈ ਆ ਸਫਲੀ ਹੋ ਜਾਵੇ। ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਵੀ ਪ੍ਰੇਮੀ ਆ ਇਉਂ ਦੱਸ ਤੇਰਾ ਨਾਂ ਕੀ ਹੈ? ਕਹਿੰਦਾ ਗਰੀਬ ਨਵਾਜ ਮੇਰਾ ਨਾਮ ਤਾਂ ਮਹਿੰਗਾ, ਕਹਿੰਦੇ ਫਿਰ ਗੁਰੰਖਾ ਸਿੱਖੀ ਵੀ ਬਹੁਤ ਮਹਿੰਗੀ ਹੈ, ਇਹ ਵੀ ਸਸਤੀ ਨੀ ਮਿਲੇਗੀ, ਬੜੋ ਪ੍ਰੇਮ ਦੇ ਨਾਲ ਸਾਰੇ
ਕਹਿੰਦੇ ਗੁਰੂ ਕਾ ਗੁਰੂ ਦੀ ਸਿੱਖੀ ਵੀ ਮਹਿੰਗੀ ਹੈ ਭਾਈ, ਸਸਤੀ ਨੀ ਮਿਲੇਗੀ। ਗੁਰੂ ਸਾਹਿਬ ਜੀ ਨੇ ਵੀ ਸਿੱਖੀ ਦਿੱਤੀ ਜੀ, ਗੁਰੂ ਕੋ ਤਲਵਾਰ ਕੱਢ ਕੇ ਸਿਰ ਬਦਲੇ ਸਿੱਖੀ ਲਈ ਸੀ। ਉਹਨਾਂ ਦੀ ਗਤੀ ਨੂੰ ਕੌਣ ਜਾਣ ਸਕਦਾ। ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਸਿੱਖੀ ਬਹੁਤ ਮਹਿੰਗੀ ਮਿਲੇਗੀ, ਸਿਰ ਬਦਲੇ ਮਿਲੇਗੀ, ਮਾਇਆ ਬਦਲੇ ਨੀ ਮਿਲੇਗੀ, ਗੱਲਾਂ ਨਾਲ ਨੀ ਮਿਲੇਗੀ। ਜਿਵੇਂ ਕਬੀਰ ਸਾਹਿਬ ਜੀ, ਸਿਰ ਔਰ ਮਨ ਦਾ ਸੰਬੰਧ ਹੈ। ਇਹ ਕਹਿੰਦੇ ਗੁਰੂ ਨੂੰ ਮਨ ਦੇ ਦਿੱਤਾ, ਸਿਰ ਵੀ ਨਾਲ ਹੀ ਦਿੱਤਾ ਜਾਏਗਾ। ਜੇ ਗੁਰੂ ਨੇ ਸਿਰ ਮੰਗਿਆ, ਸਿਰ ਦੇ ਦਿੱਤਾ, ਮਨ ਵੀ ਨਾਲ ਹੀ ਦਿੱਤਾ ਜਾਵੇਗਾ। ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਸਿੱਖੀ ਬਹੁਤ ਮਹਿੰਗੀ ਹੈ। ਗੁਰੂ ਸਾਹਿਬ ਜੀ ਨੇ ਜੋ ਭਗਤ ਨੇ ਜਿਹੜੇ ਸਿੱਖੀ ਦੇ ਉੱਤੇ ਚੱਲਦੇ ਨੇ, ਹੁਕਮਾਂ ਨੇ, ਉਹਨਾਂ ਦੀ ਵਾਪਸ ਵੀ ਗੁਰਬਾਣੀ ਦੇ ਵਿੱਚ ਲਿਖਿਆ। ਸਿੱਖ ਦੀ ਜਿਹੜੀ ਮਰਜ਼ਾਦਾ ਔਰ ਵਿਹਾਰ, ਉਹ ਆਮ ਦੁਨੀਆਂ ਨਾਲੋਂ ਅਲਹਿਦਾ ਹੋ ਗਿਆ। ਦੱਸਿਆ ਮੈਂ ਵੀ ਭਗਤਾਂ ਤੇ ਸਾਰੀਆਂ ਜੋੜ ਕਦੇ ਨਾ ਆਇਆ, ਬੜੋ ਪ੍ਰੇਮ ਉਹ ਤਾਂ ਜਿਹੜਾ ਹੁਕਮ ਅਨੁਸਾਰ ਚੱਲੇਗਾ।
ਲਬ ਲੋਭ ਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾਹੀ ਬੋਲੜੋ ਖੰਡਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣ ਗੁਰੂ ਦਾ ਮਾਰਗ ਤਾਂ ਇਤਨਾ ਕਠਿਨ ਇਤਨਾ ਬਰੀਕ ਆ ਕਰੋ ਖੰਡੇ ਦੀ ਧਾਰ ਦੇ ਉੱਤੋਂ ਜੀ ਸਿੱਖ ਨੇ ਤੁਰਨਾ ਕੋਈ ਖਾਲਾ ਜੀ ਦਾ ਪਾੜਾ ਨਹੀਂ ਹੈ ਬਹੁਤ ਮੁਸ਼ਕਿਲ ਫਿਰ ਵਸਤਾ ਵੀ ਬਹੁਤ ਵੱਡੀ ਪ੍ਰਾਪਤ ਹੋਵੇਗੀ ਨਾ ਇਤਨੀ ਵੱਡੀ ਪ੍ਰਾਪਤ ਹੋਵੇਗੀ ਦੁਨੀਆਂ ਦਾ ਤਾਰਕ ਬਣ ਜਾਵੇਗਾ ਤਾਰਕ ਖੰਡਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸ਼ਾਦੀ ਜਿਨੀ ਆਪ ਦਲਿਆ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾ ਜੁਗੋ ਜੁਗ ਪਿੱਛੇ ਵੀ ਜਿਹੜੇ ਗੁਰੂ ਵਾਲੇ ਸਨ ਉਹਨਾਂ ਦੀ ਜਿਹੜੀ ਚਲਾਲ ਸੀ ਜਹਾਲ ਲਗੁਰਿਆਂ ਨਾਲ ਨਹੀਂ ਸੀ ਰਲਦਾ ਆਪ ਵੀ ਨੀ ਰਲਦਾ ਗੁਰਸਿੱਖਾਂ ਦਾ ਜਿਹੜੇ ਗੁਰਸਿੱਖ ਨੇ ਇਹਨਾਂ ਦਾ ਖੰਡੇ ਦਾ ਅੰਮ੍ਰਿਤ ਛਾਪੇ ਗੁਰੂ ਵਾਲੇ ਬਣੇ ਹੋਏ ਨੇ ਉਹ ਨੀ ਵੀ ਅੰਮ੍ਰਿਤ ਜਿਹੜਾ ਜੂਠਾ ਖਾਣਦੇ ਕਦੇ ਵੀ ਕਦੇ ਸ਼ਰਾਬਾਂ ਨੀ ਪੀਣਗੇ ਜੇ ਸ਼ਰਾਬ ਪੀਂਦਾ ਸਿੱਖ ਤਾਂ ਨਾਮ ਮਾਤਰ ਆ ਨਾਮ ਜ਼ਰੂਰ ਲਾਗੂ ਹੋਵੇਗਾ ਪਰ ਉਹ ਜਿਹੜੀ ਗੁਰੂ ਸਾਹਿਬ ਨੇ ਕਿਰਪਾ ਕਰਨੀ ਆ ਉਹ ਨੀ ਹੋਵੇਗਾ ਕਿਰਪਾ ਤਦ ਹੋਵੇਗੀ ਜਦ ਇਹ ਆਗਿਆ ਦੇ ਵਿੱਚ ਚੱਲੇਗਾ ਉਹ ਇਸ ਤਰ੍ਹਾਂ ਦੇ ਨਾਲ ਉਹ ਮਹਿੰਗਾ ਜਿਹੜਾ ਪ੍ਰੇਮੀ ਸੀ ਸੀਗਾ ਉਹ ਬਰਾਗੀ ਕੋਈ ਸੰਸਕਾਰ ਸਨ ਪਿਛਲੇ ਕਹਿਣਗਾ ਮਹਾਰਾਜ ਜੀ ਆਪ ਜੀ ਕਿਰਪਾ ਸੇ ਸਿੱਖੀ ਮਹਿੰਗੀ ਵੀ ਸਸਤੀ ਹੋ ਜਾਵੇਗੀ ਜਦ ਤੁਸੀਂ ਕਿਰਪਾ ਕਰਦੇ ਹੋ ਹਰ ਚਰਨਾਮਰਤ ਦੇ ਦਿੱਤਾ ਅਮਰਦਾਸ ਮਹਾਰਾਜ ਜੀ ਨੇ ਨਾਮ ਦੀ ਦਾਤ ਦੇ ਦਿੱਤੀ ਸਿੱਖ ਨੂੰ ਹੁਕਮ ਕਰਿਆ ਗੁਰਸਿੱਖਾਂ ਤੂੰ ਲੰਗਰ ਦੀ ਸੇਵਾ ਕਰਿਆ ਕਰ ਅਮਰਦਾਸ ਮਹਾਰਾਜ ਜੀ ਦਾ ਕੀ ਅਸੂਰ ਸੀ ਲੰਗਰ ਦਾ ਜਿਤਨਾ ਪਦਾਰਥ ਹੁੰਦਾ ਸੀ ਸਾਰਾ ਵਰਤਾ ਕੇ ਬਚਦਾ ਜਿਹੜਾ ਬਿਆਸ ਦਰਿਆ ਦੇ ਵਿੱਚੋਂ ਮੱਛੀਆਂ ਨੂੰ ਪਾਏ ਆਉਂਦੇ ਸਨ ਧੋ ਕੇ ਭਾਂਡਿਆਂ ਨੂੰ ਮੂਧੇ ਮਾਰ ਦਿੰਦੇ ਸੀ ਕਹਿੰਦੇ ਗੁਰੂ ਨਾਨਕ ਦੇਵ ਸਿੱਧੇ ਕਰੇਗਾ ਸਵੇਰੇ ਇਹਨਾਂ ਨੂੰ ਭਰੇਗਾ ਨਾਲ ਇਤਨਾ ਪਰਾ ਲਭਤ ਤੇ ਸ਼ੰਕਰ ਗ੍ਰੰਥੋਂ ਕੌਣ ਹੋ ਸਕਦਾ ਜਿਹਦੀ ਗੁਰੂ ਦੇ ਸੌ ਵੀ ਸਦੀ ਸ਼ਰਤ ਹੈ ਆਪਾਂ ਨੂੰ ਤਾਂ ਫਿਕਰ ਪਿਆ ਹੋਇਆ ਵੀ ਬੱਚੇ ਹੀ ਨਾ ਪੱਕੇ ਭੁੱਖੇ ਮਰ ਜਾਣ ਬੱਚੇ ਹੀ ਨਾ ਭੁੱਖੇ ਮਰ ਜਾਣ ਨਹੀਂ ਮਰਦਾ ਕੋਈ ਭੁੱਖਾ ਗ੍ਰੰਥ ਹਜ਼ਰਤ ਈਸਾ ਪੱਛਮੀ ਅਵਤਾਰ ਹੋਇਆ ਉਹਨੇ ਵੀ ਲਿਖਿਆ ਹੈ ਕਹਿੰਦਾ ਆ ਇਨਸਾਨ ਇੱਕ ਇਨਸਾਨ ਹੋ ਕੇ ਤੂੰ ਮੇਰੇ ਬਾਪ ਤੇ ਤੇਰਾ ਭਰੋਸਾ ਨਹੀਂ ਹੈ ਮੇਰੇ ਬਾਪ ਤੇ ਤੇਰਾ ਭਰੋਸਾ ਨਹੀਂ ਦੇਖ ਜਾਨਵਰਾਂ ਦੇ ਕੈਸੇ ਉਹਨੇ ਕੋਟ ਬਣਾਏ ਨੇ ਕੈਸੇ ਡਰੈਸ ਬਣਾਏ ਨੇ ਜਾਨਵਰਾਂ ਦੇ ਕਿਹੜਿਆਂ ਜਵਾਰਿਆਂ ਦੇ ਵਿੱਚ ਰਹਿੰਦੇ ਨੇ ਜਾਨਵਰ ਕਿੱਥੇ ਉਹਨਾਂ ਦੇ ਗੋਦਾਮ ਰੱਖੇ ਹੋਏ ਨੇ ਸਿੰਘਾਂ ਆਦਿਕ ਰੱਖਿਆ ਹੋਇਆ ਨਹੀਂ ਰਾਤ ਨੂੰ ਦਰਖਤਾਂ ਤੇ ਬੈਠ ਜਾਂਦੇ ਨੇ ਸਵੇਰ ਨੂੰ ਤਰਕੇ ਚੁੰਮਣਾ ਸ਼ੁਰੂ ਕਰ ਦਿੰਦੇ ਹੈਰਾਨ ਇਨਸਾਨ ਤੇਰੀ ਮੱਤ ਤੇ ਮੈਂ ਅਕਲ ਤੇ ਤੂੰ ਇੱਕ ਮਖਲੂਕ ਆਪ ਹੁੰਦਾ ਹੋਇਆ ਤੈਨੂੰ ਫਿਕਰ ਪਿਆ ਹੈ ਵੀ ਮੈਂ ਭੁੱਖਾ ਨਾ ਮਰ ਜਾ ਬੜੋ ਮੇਰੇ ਦਾ ਭੁੱਖਾ ਕੌਣ ਮਰਦਾ ਕਰੋ Thank you.
ਨੂੰ ਕਹਿੰਦਾ ਵੀ ਮੈਂ ਭੁੱਖਾ ਮਰ ਜਾਗਾ, ਤੇਰਾ ਭਰੋਸਾ ਹੀ ਨੀ ਹੈ ਗੁਰੂ ਤੇ। ਨਾਨਕ ਚਿੰਤਾ ਮਤ ਕਰੋ, ਮਤ ਫਿਕਰ ਕਰੋ ਵੀ ਮੇਰੇ ਬੱਚੇ ਭੁੱਖੇ ਮਰ ਜਾਣਗੇ। ਆਪਾਂ ਨੂੰ ਸ਼ਰਧਾ ਨਹੀਂ ਨਾ ਗੁਰੂ ਤੇ। ਅਮਰਦਾਸ ਮਹਾਰਾਜ ਜੀ ਨੂੰ ਸ਼ਰਧਾ ਸੀ ਵੀ ਸਵੇਰ ਨੂੰ ਗੁਰੂ ਭਰ ਦੇਵੇ। ਹਰ ਤਾਂ ਹਮੇਸ਼ਾ ਸ਼ਰਧਾ ਨੂੰ ਲੱਗਣਾ ਗੁਰੂ। ਬਹੁਤ ਦੱਸਿਆ ਵੀ ਕਾਹੇ ਨੇ ਮਨ ਚਿਤਵਾਏ ਦੁਨ ਜਾਂ ਆਹਾਰ ਹਰ ਜੀਉ ਪਰਿਆ, ਸਰਨ ਪੱਥਰ ਮੈਂ ਜਨ ਤੋਂ ਪਾਏ ਤਾਂ ਕਾ ਰਿਜਕ ਆਗੇ। ਕਹਿੰਦੇ ਪਹਿਲਾਂ ਰਿਜਕ ਪੈਦਾ ਕਰਦਾ ਪਰਮੇਸ਼ਰ, ਫੇਰ ਜੀਵ ਨੂੰ ਜਨਮ ਦਿੰਦਾ। ਕਹਿੰਦੇ ਸਵਾਮੀ ਤੁਲਸੀਦਾਸ ਵੀ ਲਿਖਦੇ ਨੇ, ਪਹਿਲੇ ਬਣੀ ਪਰਾ ਲਵ ਖਾਣਾ ਪੀਣਾ, ਪਾਛੇ ਬਣਾ ਸਰੀਰ, ਤੁਲਸੀ ਸੰਸਾਰ ਮੇ ਮਨ ਨਹੀਂ ਮੰਨਦਾ। ਮਨ ਅਗਿਆਨੀ ਹੈ, ਮਨ ਨਗੁਰਾ, ਮਨ ਦੀ ਗੁਰੂ ਤੇ ਸ਼ਰਧਾ ਨਹੀਂ ਹੈ। ਜਦ ਸ਼ਰਧਾ ਹੋ ਜਾਵੇ ਗੁਰੂ ਨੇ ਤਾਂ ਆਪੇ ਪਾਲਣਾ ਕਰਨੀ ਹੈ ਜੀ। ਹੁਣ ਵੀ ਉਹੀ ਕਰਦਾ, ਤੁਹਾਡੇ ਜੀ ਹੋ ਕੇ ਕਰੀ ਜਾਂਦਾ। ਤੁਸੀਂ ਸੁੱਕੀ ਹੋ ਦੇ ਪੰਡਾ ਵੱਢਣੀਆਂ। ਇਸ ਤਰ੍ਹਾਂ ਦੇ ਨਾਲ ਦੱਸਿਆ ਪਰਾ ਰੱਬ ਤੇ ਖੜਨਾ, ਜਿਹੜਾ ਜਾਣੀ ਪਰਮੇਸ਼ਰ ਹਰ ਇੱਕ ਨੂੰ ਰੋਜੀ ਦਿੰਦਾ। ਕੋਈ ਸੇਠ ਸੀ, ਸੇਠ ਉਸਦੇ ਪੰਜ ਛੇ ਲੜਕੀਆਂ ਸਨ, ਬਹੁਤ ਵੱਡਾ ਭਾਰਾ ਸੇਠ ਸੀ। ਉਹ ਸਾਰੀਆਂ ਕਰਿਆ ਕਰਨ, ਪਿਤਾ ਦਾ ਦਿੱਤਾ ਖਾਨੀ ਆ ਛੋਟੀ ਦੀ ਰਜਨੀ, ਕਹਿ ਲਿਖੀ ਕਿਉਂ ਐਵੇਂ ਜਮਣੀਆਂ ਮਾਰੀ ਜਾਂਦੀਆਂ ਤੁਸੀਂ? ਠੀਕ ਹੈ ਤੇ ਜਨਮ ਦਿੱਤਾ, ਪਰ ਪਾਲਣ ਹਾਰਾ ਤਾਂ ਪਰਮੇਸ਼ਰ ਹਰ ਇੱਕ ਨੂੰ। ਉਹਨਾਂ ਨੇ ਸੇਠ ਨੂੰ ਦੱਸ ਦਿੱਤਾ ਪੜੋ ਪ੍ਰੇਰਨਾ ਹਰ ਗਿਆ Oh,
ਜੀ ਨੇ ਆਪਣੇ ਪਿਤਾ ਨੂੰ ਜਵਾਬ ਦਿੱਤਾ, ਪਿਤਾ ਜੀ ਤੁਸੀਂ ਜਨਮ ਦਿੱਤਾ, ਪਾਲਦਾ ਪਰਮੇਸ਼ਰ ਹੈ ਸਾਨੂੰ। ਉਹਦੇ ਮਨ ਦੇ ਵਿੱਚ ਹੰਕਾਰ ਨੇ ਠਾਠਾਂ ਮਾਰੀਆਂ, ਕਰਤਾਰ ਦਿੰਦਾ ਹੈ ਕਹਿੰਦੀ ਹਾਂ ਮੈਂ, ਕਹਿੰਦੀ ਤੂੰ ਨੀ ਦਿੰਦਾ। ਚੰਗਾ ਕਹਿੰਦਾ ਫਿਰ ਮੈਂ ਤੈਨੂੰ ਕੂੜੀ ਨਾਲ ਵਿਹਾਵਾਂਗਾ, ਦੇਖਾਂਗਾ ਤੈਨੂੰ ਦੇ ਦੇਵੇਗਾ ਕਰਤਾਰ। ਕਹਿੰਦੀ ਪਿਤਾ ਜੇ ਮੇਰੇ ਕਰਮੇ ਕੂੜੀ ਨਾਲ ਵਿਆਹ ਹੋਣਾ ਫਿਰ ਤੂੰ ਕਿਵੇਂ ਮੇਟ ਸਕਦਾ, ਤੇਰੀ ਕੀ ਤਾਕਤ ਹੈ, ਮੇਰੇ ਕਰਮ ਹੀ ਇਹੋ ਜਿਹੇ ਨੇ। ਪਰ ਦਿੰਦਾ ਪਰਮੇਸ਼ਰ ਹੈ ਤਾਂ ਕੂੜੀ ਨਾਲ ਵਿਆਹ ਕਰ ਦਿੱਤਾ ਬਈ ਮੈਂ ਦਿੰਦਾ। ਹੁਣ ਖਾਰੀ ਸਿਰ ਤੇ ਚੱਕ ਲਈ ਪਰਮੇਸ਼ਰ ਸਮਝ ਕੇ, ਫਿਰਦੀ ਆ ਹੁਣ ਪਿੰਡਾਂ ਚੋਂ ਪ੍ਰਸ਼ਾਦ ਪਾਣੀ ਉਸਨੂੰ ਛਕਾਉਂਦੀ ਆ, ਲਾ ਕੇ ਹੌਲੀ ਹੌਲੀ ਫਿਰਦੀ ਫਿਰਦੀ ਅੰਮ੍ਰਿਤਸਰ ਚਲੀ ਗਈ। ਰਾਮਦਾਸ ਮਹਾਰਾਜ ਜੀ ਉਸ ਜਗ੍ਹਾ ਨੂੰ ਢੂੰਡਦੇ ਨੇ ਜਿੱਥੇ ਰਾਮਦਾਸ ਸਰੋਵਰ ਬਣਨਾ ਸੀ, ਤਾਂ ਫਿਰ ਉਸਨੇ ਬੇਰੀ ਜੀ ਨੂੰ ਦੁੱਖ ਭੰਜਣੀ ਕਹਿੰਦੇ ਨੇ ਉੱਥੇ ਤਲਾਅ ਦੇ ਕਿਨਾਰੇ ਖੜੀ ਹੈ, ਉੱਥੇ ਖਾਰੀ ਰੱਖ ਦਿੱਤੀ। ਤੇ ਫਿਰ ਨਵੇਂ ਪਿੰਡ ਹੁੰਦੇ ਹਨ ਉੱਥੋਂ ਪ੍ਰਸ਼ਾਦਾ ਲੈਣ ਵਾਸਤੇ ਚਲੀ ਗਈ, ਉੱਥੇ ਛੱਪੜੀ ਦੀ ਛੋਟੀ ਜੀ ਪਾਣੀ ਖੜਾ ਤੀ ਉਹਦੇ, ਉਸ ਦੀ ਸ਼ਰਧਾ ਨੂੰ ਫੜ ਲੱਗਣਾ ਸੀ ਗੁਰੂ, ਤਾਂ ਉਹ ਕੂੜੀ ਬੈਠਾ ਖਾਰੀ ਦੇ ਵਿੱਚ, ਤਾਂ ਕਾਲਾ ਪਾਉ ਆਇਆ ਉਸਨੇ ਨਹਾਉਣ ਲੱਗ ਗਿਆ, ਛੱਪੜੀ ਚ ਚਿੱਟਾ ਹੋ ਗਿਆ। ਉਹ ਕੂੜੀ ਨੇ ਸੋਚਿਆ ਵੀ ਇਹ ਪਾਣੀ ਦੇ ਵਿੱਚ ਕੋਈ ਤਾਕਤ ਹੈ, ਇਸ ਨੇ ਕੌ ਦਾ ਕਾਲਪਣਾ ਚੱਕ ਦਿੱਤਾ, ਚਿੱਟੇ ਫਰ ਹੋ ਗਏ ਬਈ ਮੈਨੂੰ ਹੋਇਆ ਹੋਇਆ ਕੌਣ ਹੋਵੇ ਨਾ ਤਾਂ ਮੈਂ ਛੱਪੜੀ ਦੇ ਵਿੱਚ ਨਹਾ ਲਾ, ਮੇਰਾ ਵੀ ਕੌਣ ਚੱਕਿਆ ਜਾਊ। ਉਹ ਵਿਚਾਰੀ ਗਈ ਆ ਪ੍ਰਸ਼ਾਦਾ ਰਹਿ, ਖੈਰ ਖਾੜੀ ਚੋਂ ਥੱਲੇ ਡਿੱਗ ਪਿਆ ਰੁੜਦਾ ਰੁੜਦਾ, ਆ ਗਿਆ ਬੇਰੀ ਦੀ ਜੜ ਚ ਅੰਗੂਠਾ ਫਸਾ ਲਿਆ, ਤਾਂ ਫਿਰ ਉਸਨੇ ਹੌਲੀ ਹੌਲੀ ਪਾਣੀ ਦੇ ਵਿੱਚ ਚੁੱਭੀ ਮਾਰੀ, ਜਾਂ ਪਾਣੀ ਦੇ ਵਿੱਚ ਚੁੱਭੀ ਮਾਰੀ ਕੰਚਨ ਵਰਗਾ ਸਰੀਰ ਹੋ ਗਿਆ, ਕੰਚਨ ਵਰਗਾ ਬੜੋ ਪ੍ਰੇਮ ਦੇ ਨਾਲ
ਇਸ਼ਨਾਨ ਕਰਿਆ ਸਾਰਾ ਕੂੜ ਦੂਰ ਹੋ ਗਿਆ ਕੱਚਣ ਵਰਗਾ ਸਰੀਰ ਹੋ ਗਿਆ ਅੱਗੇ ਦਾ ਸਿੱਧੀ ਖਾਲੀ ਦੇ ਵਿੱਚ ਬੈਠਾ ਸੀ ਉਹਨੇ ਪੁੱਠੀ ਖਾਲੀ ਕਰਕੇ ਉੱਤੇ ਬੈਠ ਗਿਆ ਚੌਪੜਾ ਮਾਰ ਉਹ ਆਈ ਪਤਾ ਹੀ ਵਰਤਾ ਲੜਕੀ ਉਸਨੇ ਦੂਰੋਂ ਦੇਖਿਆ ਵੀ ਮੇਰਾ ਪਤੀ ਤਾਂ ਇੱਥੇ ਹੈ ਨਹੀਂ ਇਹ ਤਾਂ ਕੋਈ ਹੋਰ ਆਦਮੀ ਆ ਕੇ ਖਾਰੀ ਤੇ ਬੈਠ ਗਿਆ ਇਹ ਤਾਂ ਮਰ ਮੈਲਾ ਹਰ ਕੌੜੇ ਲਫ਼ਜ਼ਾਂ ਦੇ ਤਾਸ਼ ਦੇ ਨਾਲ ਬੋਲੀ ਤੂੰ ਕੌਣ ਹੈ ਖਾਰੀ ਦੇ ਉੱਤੇ ਬੈਠਾ ਉਹ ਨਿਮਰਤਾ ਨਾਲ ਕਹਿੰਦਾ ਭਾਗਾਂ ਵਾਲੀਏ ਮੈਂ ਤੇਰਾ ਪਤੀ ਹਾਂ ਤੂੰ ਪਤੀ ਮੇਰਾ ਕੈਸੇ ਹੋ ਸਕਦਾ ਮੇਰਾ ਪਤੀ ਤਾਂ ਕੋੜੀ ਸੀ ਖੈਰ ਉਸਨੇ ਸਾਰੀ ਗੱਲ ਦੱਸੀ ਨਹੀਂ ਮੰਨਦੀ ਰਜਨੀ ਵੀ ਮੈਂ ਛਪੜੀ ਦੇ ਵਿੱਚ ਇਸ਼ਨਾਨ ਕਰਿਆ ਇੱਥੇ ਕੌਣ ਚਿੱਟੇ ਹੁੰਦੇ ਸੀ ਨਹਾ ਕੇ ਮੇਰਾ ਸਰੀਰ ਵੀ ਮੇਰਾ ਕੋਣ ਹਟ ਗਿਆ ਇਸ ਤਰ੍ਹਾਂ ਝਗੜਦੇ ਨੇ ਉਹ ਦੋਈ ਰਾਮਦਾਸ ਮਹਾਰਾਜ ਦਾ ਸਿੱਖ ਉੱਧਰ ਆ ਗਿਆ ਕਹਿਣ ਲੱਗਿਆ ਤੁਸੀਂ ਝਗੜਦੇ ਹੋ ਭਾਈ ਉਹ ਲੜਕੀ ਕਹਿੰਦੀ ਇਸਨੇ ਮੇਰਾ ਪਤੀ ਮਾਰ ਕੇ ਕਿਤੇ ਦੱਬ ਦਿੱਤਾ ਆਪ ਖਾਰੀ ਤੇ ਬੈਠ ਗਿਆ ਉਹ ਉਸਨੇ ਦੱਸਿਆ ਵੀ ਮੈਂ ਤਾਂ ਛੱਪੜੀ ਜਨਾਤਾ ਕੌਣ ਚਿੱਟੇ ਹੁੰਦੇ ਸਨ ਕਾਲਿਆਂ ਤੋਂ ਮੇਰਾ ਕੋਣ ਹਟ ਗਿਆ ਉਹ ਸਿੱਖ ਕਹਿੰਦਾ ਉਹ ਕਰੋ ਤੁਸੀਂ ਦੋਈ ਰਾਮਦਾਸ ਮਹਾਰਾਜ ਜੀ ਕੋ ਚਲੋ ਤੁਹਾਡਾ ਫੈਸਲਾ ਕਰ ਦੇ ਉਹਨੇ ਸਰਵਾਗ ਔਰ ਇਸ ਤਰ੍ਹਾਂ ਨਾਲ ਦੋਈ ਚਲੇ ਗਏ ਰਾਮਦਾਸ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਸਾਹਮਣੇ ਖੜ ਗਏ ਉਹ ਲੜਕੀ ਤਾਂ ਆਪਣੀ ਗੱਲ ਦੱਸਦੀ ਆ ਉਹ ਜਿਹੜਾ ਕੋਰੀ ਸੂ ਆਪਣੀ ਗੱਲ ਦੱਸਦਾ ਜਦ ਰਾਮਦਾਸ ਮਹਾਰਾਜ ਜੀ ਨੇ ਗੱਲ ਸੁਣੀ ਵੀ ਉਹ ਛੱਪੜੀ ਚ ਨਹਾ ਕੇ ਕੋਰੀ ਦਾ ਕੋਲ ਹਟ ਗਿਆ ਰਾਮਦਾਸ ਮਹਾਰਾਜ ਕਹਿਣ ਲੱਗੇ ਐ ਸੁਪੁੱਤਰੀ ਇਹ ਤੇਰਾ ਪਤੀ ਆ ਅਸੀਂ ਉਸੇ ਜਗ੍ਹਾ ਨੂੰ ਤੋੜਦੇ ਤੁਸੀਂ ਉਸ ਜਗ੍ਹਾ ਨੂੰ ਪ੍ਰਗਟ ਕਰ ਦਿੱਤਾ ਉਹ ਸ਼ਰਧਾ ਨੂੰ ਫਲ ਲੱਗ ਗਿਆ ਗੁਰੂ ਕੋ ਉਹ ਕਹਿੰਦਾ ਸੀ ਨਹੀਂ ਤੈਨੂੰ ਪਾਲਦਾ ਨਹੀਂ ਹਰ ਇੱਕ ਨੂੰ ਪਰਮੇਸ਼ਵਰ ਪਾਲਦਾ ਗੁਰੂ ਵਧੇ ਤੂੰ ਰੋਂਦਾ ਫਿਰਦਾ ਇੱਥੇ
ਤੇਰੀ ਸ਼ਰਧਾ ਹੀ ਨਾ ਤੇਰੀ ਪ੍ਰਾਲਭ ਉੱਤੇ ਤੇਰਾ ਭਰੋਸਾ ਨਹੀਂ ਹੈ। ਅਮਰਦਾਸ ਮਹਾਰਾਜ ਜੀ ਸ਼ਾਮ ਨੂੰ ਸਾਰੇ ਬਰਤਨ ਸਾਫ ਕਰਕੇ ਮੂਢੇ ਮਾਰ ਦਿੰਦੇ ਸਨ ਵੀ ਸਵੇਰ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਸਿੱਧੇ ਕਰਨਗੇ। ਇਤਨਾ ਭਰੋਸਾ ਜਿਹੜਾ ਬਚ ਰਹਿੰਦਾ ਸੀ ਉਹ ਫਿਰ ਦਰਿਆ ਵਿਆਸ ਦੇ ਵਿੱਚ ਪਾ ਦਿੱਤੀ, ਮੱਛੀਆਂ ਖਾ ਜਾਂਦੀਆਂ ਸਨ। ਜਿਹੜਾ ਉਹ ਭਾਈ ਮਹਿੰਗਾ ਸੀ ਉਸਦੀ ਡਿਊਟੀ ਸੀ, ਸ਼ਾਮ ਨੂੰ ਜਿਹੜਾ ਲੰਗਰ ਬਚਦਾ ਸੀ ਸਿਰ ਦੇ ਉੱਤੇ ਟੋਕਰਾ ਚੱਕ ਲੈਂਦਾ ਸੀ, ਹੱਥ ਦੇ ਵਿੱਚ ਭਾਜੇ ਦੀ ਜਾਂ ਦਾਲ ਦੀ ਬਾਲਟੀ ਫੜ ਲੈਂਦਾ। ਦਰਿਆ ਵਿਆਸ ਕਿੰਨੀ ਜਾਂਦਾ ਆਵਾਜ਼ ਦਿੰਦਾ, ਉਹ ਗੁਰੂ ਕਾ ਲੰਗਰ ਤਿਆਰ ਹੈ ਸ਼ਗੋ ਕੋਈ ਭੁੱਖਾ। ਇਸ ਤਰ੍ਹਾਂ ਦੇ ਨਾਲ ਉਸਨੂੰ ਹੁਕਮ ਸੀ ਗੁਰੂ ਦਾ। ਆਹ ਇੱਕ ਦਿਨ ਦਾ ਜ਼ਿਕਰ, ਸਿਰ ਤੇ ਟੋਕਰਾ ਹੱਥ ਚ ਬਾਲਟੀ ਹੈ ਦਾਲੇ ਦੀ, ਜੰਗਲ ਪੈਂਦਾ ਸੀ ਉਸਦੇ ਵਿੱਚ ਹੀ ਤੁਰਿਆ ਜਾਂਦਾ, ਆਵਾਜ਼ ਦਿੱਤੀ ਉੱਥੇ ਚੋਰ ਬੈਠੇ ਸੀ ਭੁੱਖੇ, ਉਹਨਾਂ ਨੇ ਪਾੜ ਲਾਉਣਾ ਸੀ ਗੁਰੂ ਕੇ ਮਹਿਲਾ। ਜਦ ਉਹਨਾਂ ਨੇ ਆਵਾਜ਼ ਸੁਣੀ ਉਹ ਆ ਗਏ, ਬੈਠ ਜਾਓ ਪ੍ਰੇਮੀਓ ਪ੍ਰਸ਼ਾਦਾ ਛਕ ਲਓ ਵਰਤਾਇਆ। ਤਾਂ ਉਹਨਾਂ ਨੇ ਸੋਚਿਆ ਵੀ ਇਹ ਤਾਂ ਆਪਾਂ ਨੂੰ ਸਿਆਣ ਲੂਗਾ, ਇਹ ਤਾਂ ਸਿੱਖੋ ਹੈ ਗੁਰੂ ਨੇ, ਆਪਾਂ ਨੇ ਗੁਰੂ ਕੇ ਮਹਿਲਾ ਚ ਪਾੜ ਲਾਉਣਾ, ਆਪਾਂ ਇਉਂ ਕਰੋ ਇਸ਼ੂ ਧਰਤੀ ਦੇ ਵਿੱਚ ਗੜ ਦੋ, ਧਰਤੀ ਚ ਟੋਆ ਪੱਟ ਕੇ ਉਸ ਮਹਿੰਗੇ ਸਿੱਖ ਨੂੰ ਧਰਤੀ ਦੇ ਵਿੱਚ ਗੜਤਾ, ਗਲ ਗਲ ਲੰਗਾ ਖੜਾ ਸ਼ਾਂਤੀ ਸੇ ਕਰੋ। ਉਹ ਜਿਹੜੇ ਚੋਰ ਸਨ ਉਹ ਜਦ ਮਹਿਲਾ ਦੇ ਕੋਲ ਗਏ ਤਾਂ ਜੋ ਗੁਰੂ ਦਾ ਹੁਕਮ ਹੈ ਸਿੱਖ ਨੂੰ, ਹੁਕਮ ਜਿਹੜੇ ਮੰਨਦੇ ਨੇ ਉਹ ਫਿਰ ਹੁਕਮ ਮੰਨਣ ਦੇ ਵਿੱਚ ਇੱਕ ਤਾਕਤ ਪੈਦਾ ਹੁੰਦੀ ਹੁੰਦੀ ਹੈ। ਕੀ ਹੁਕਮ ਹੈ ਆਪਾਂ ਨੂੰ ਗੁਰੂ ਦਾ? ਗੁਰ ਸਤਿਗੁਰ ਕਾ ਜੋ ਸਿੱਖ ਖਾਏ। ਕੌਣ ਨਹੀਂ ਕਹਿੰਦਾ ਮੈਂ ਗੁਰੂ ਦਾ ਸਿੱਖ ਹਾਂ ਨਾ ਸਿੱਖ, ਪਰ ਜੋ ਗੁਰੂ ਦਾ ਹੁਕਮ ਹੈ ਉਸ ਨੂੰ ਕੌਣ ਮੰਨਦਾ? ਮੰਨਣਾ ਵੀ ਸਿੱਖ ਨਹੀਂ ਹੈ। ਸੁਣ ਕੇ ਛੱਡ ਦੇਣਾ ਉਹ ਵੀ ਸਿੱਖ ਨਹੀਂ ਛੱਡਣਾ। ਆਹ ਇਸ ਤਰ੍ਹਾਂ ਗੁਰ ਸਤਿਗੁਰ ਕਾ ਜੋ ਸਿੱਖ ਖਾਏ। ਸੋ ਭਲਕੇ ਉਠਾ ਨਾਮ ਤੇ ਆਵੈ, ਇਸ਼ਨਾਨ ਕਰੇ ਭਲਕੇ ਪ੍ਰਭਾਤੀ, ਉਤਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਮੈ। 2 ਵਜੇ ਹੁਣ ਆਪਾਂ ਆਪਣੇ ਮੰਨਾਂ ਕਿ ਨਹੀਂ ਮਾਰੋ ਖਿਆਲ, ਆਪਾਂ ਸਿੱਖਾਂ ਗੁਰੂ ਦੇ ਮੁਖੀ ਵੀ ਆ ਪਿੱਛੇ ਵੀ ਆ, ਇਹੋ ਦੱਸੋ ਆਪਾਂ 2 ਵਜੇ ਉੱਠਦੇ ਹਾਂ? ਜੇ ਤਾਂ 2 ਵਜੇ ਉੱਠ ਕੇ ਇਸ਼ਨਾਨ ਕਰਦੇ ਆ ਫਿਰ ਅਭਿਆਸ ਕਰਦੇ ਆ ਤਾਂ ਗੁਰੂ ਦਾ ਹੁਕਮ ਮੰਨਦੇ ਹਾਂ ਆਪਾਂ, ਜੇ ਨਹੀਂ ਕਰਦੇ ਨਾਮ ਮਾਤਰ ਸਿੱਖਾਂ ਦਾ ਜੋ ਹੁਕਮ ਦੇ ਵਿੱਚ ਤਾਕਤ ਆ ਆਪਣੇ ਚ ਨਹੀਂ ਆਉਂਦੀ, ਤਾਕਤ ਤਾਂ ਹੁਕਮ ਦੇ ਵਿੱਚ, ਇਹਦਾ ਵਿਹਾਰ ਆ ਜਿਹੜਾ ਆਪਾਂ ਕਰਦੇ। ਸੋ ਭਲਕੇ ਉਠਾ ਨਾਮ ਤੇ ਆਵੇ, ਉਤਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਆਵੇ। ਜਦ ਸਿੱਖ ਉੱਥੇ ਹੀ ਰਹਿੰਦੇ ਹੁੰਦੇ ਸਨ, ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਨੀ, ਪਾਣੀ ਦਾ ਬਹੁਤਾ ਇੰਤਜ਼ਾਮ ਨਹੀਂ ਸੀ, ਤਾਂ ਹੀ ਤਲਾਬ ਮਹਾਰਾਜ ਜੀ ਨੇ ਲਾਇਆ ਸੀ। ਆਹ ਉਸ ਤੋਂ ਬਹੁਤ ਕੁਛ ਹੈ, ਪਤਾ ਹੀ ਨਹੀਂ ਲੱਗਦਾ ਉਹ ਗੁਸਲਖਾਨੇ ਐਸੇ ਨੇ, ਕਦਰੇ ਤੱਤਾ ਆਉਂਦਾ ਕਦਰੇ ਠੰਡਾ ਆਉਂਦਾ। ਜਦ ਤਾਂ ਸਾਰੇ ਗੁਰਸਿੱਖ ਤਲਾਅ ਚ ਹੀ ਕਰਦੇ ਹੁੰਦੇ, ਛਾਲ ਹੋਵੇ ਹਾੜ ਹੋਵੇ ਸੌਣ ਹੋਵੇ ਪੱਤ ਹੋਵੇ, ਕੋਈ ਉੱਥੇ ਛੱਤ ਨਹੀਂ ਸੀ ਨਾ, ਹੁਣ ਮਰੀ ਆ ਛੱਤ ਪ੍ਰਗਰਭ ਜ਼ਰੂਰ। ਉਪਦੇਸ਼ ਗੁਰੂ ਜਦ ਇਹ ਸਿੱਖ ਗੁਰੂ ਨੂੰ ਧਾਰਨ ਕਰਦਾ ਨਾ, ਗੁਰੂ ਆਪਣੇ ਕੀ ਤਰੀਕਾ ਗੁਰੂ ਧਾਰਨ ਕਰਨ ਦਾ, ਜਦ ਖੰਡੇ ਦਾ ਅੰਮ੍ਰਿਤ ਛਕ ਲਏਗਾ ਫਿਰ ਇਹ ਗੁਰੂ ਵਾਲਾ ਬਣ ਜਾਵੇਗਾ। ਸੰਸਾਰ ਅੰਮ੍ਰਿਤ ਕਹਿੰਦੇ ਨੂੰ, ਸੰਸਕਾਰ ਅੰਮ੍ਰਿਤ, ਫਿਰ ਅੱਗੇ ਨਾਮ ਹੈ ਜਿਹਨੂੰ ਉਪਾਸ਼ਨਾ ਕਹਿੰਦੇ, ਫਿਰ ਇਸ ਨੂੰ ਗੁਰੂ
ਗੁਰੂ ਨਾਮ ਨੀ ਦਾਸ ਦਵੇਗਾ, ਨਾਮ ਨੀ, ਨਾਮ ਨਾ ਆਪਣਾ ਕੀ ਹੈ, ਵਾਹਿਗੁਰੂ ਇਹਨੂੰ ਮੰਤਰ ਵੀ ਕਹਿੰਦੇ। ਫਿਰ ਇਸ ਨੇ ਅਭਿਆਸ ਕਰਨਾ, ਜਿਵੇਂ ਆਪਾਂ ਪਦਾਰਥਾਂ ਦਾ ਅਭਿਆਸ ਕਰਦੇ ਹਾਂ, ਸਿੱਖ ਨੇ ਦੋ ਹੀ ਅਭਿਆਸ ਕਰਨੇ ਨੇ, ਉਪਦੇਸ਼ ਗੁਰੂ ਹਰ ਹਰ ਜਪ ਜਪ, ਜਾਪ ਕਰਨਾ ਉਸਦਾ, ਰਟਨ ਕਰਨਾ ਉਹਦਾ, ਅਭਿਆਸ ਕਰਨਾ, ਅਭਿਆਸ ਅਭਿਆਸ ਕਰਨ ਦੀਆਂ ਜੁਗਤੀਆਂ ਬਹੁਤ ਨੇ ਗੁਰੂ, ਚਾਰ ਤਾਂ ਬਾਣੀਆਂ ਨੇ, ਵੈਖੜੀ ਮਾਧਵਾ ਅਸੰਤੀ ਪਰਾ, ਇਹ ਚਾਰ ਬਾਣੀਆਂ ਨੇ। ਆਪਾਂ ਵੈਖਰੀ ਬਾਣੀ ਦੁਆਰਾ ਕਰਦੇ ਹਾਂ, ਜੋਸ਼ ਕਰਦੇ ਹਾਂ ਆਵਾਜ਼ ਨਾਲ, ਨਹੀਂ ਇੱਕ ਜਾਪ ਆ, ਇੱਕ ਜਪ ਹੈ, ਇੱਕ ਬਰੰਗ ਸਾਧਨਾ, ਇੱਕ ਤਰੰਗ ਸਾਧਨ। ਤਰੰਗ ਸਾਧਨ ਵਾਲਾ ਕੋਈ ਕੋਈ ਹੋਵੇਗਾ, ਬਰੰਗ ਸਾਧਨ ਵਾਲੇ ਬਹੁਤ ਮਿਲਣੇ, ਪਖੰਡ ਕਰਦੇ ਨੇ, ਅਤਰੰਗ ਸਾਧਨ ਵਾਲਾ ਪਖੰਡ ਨਹੀਂ ਕਰੇਗਾ। ਉਹ ਆਪਣੇ ਆਪ ਨੂੰ ਸਰੀਰ ਨਹੀਂ ਮੰਨਦਾ ਹੁੰਦਾ, ਉਹ ਆਪਣੇ ਆਪ ਨੂੰ ਜੀਵ ਮੰਨਦਾ ਹੁੰਦਾ। ਅੱਗੇ ਜੀਵ ਦਾ ਕਰਤਾ ਕੌਣ ਹੈ? ਆਤਮਾ। ਜਿਹੜੇ ਬਰੰਗ ਸਾਧਨ ਵਾਲੇ ਨੇ ਉਹ ਆਪਣੇ ਆਪ ਨੂੰ ਸਰੀਰ ਮੰਨ ਕੇ ਨਾ, ਸਰੀਰ ਦੁਆਰਾ ਫਿਰ ਉਹ ਕਰਦੇ ਨੇ ਪਖੰਡ। ਉਹ ਇੱਕ ਜਪ ਹੈ, ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਲਿਖਿਆ ਨਾ, ਅਸਲਾਮ ਦੇ ਬੰਦਿਆਂ ਵਾਸਤੇ ਜੀਵ ਨਾ ਹਿੱਲੇ ਬੁੱਲ ਨਾ ਫਰਕੇ ਪਾਖ ਨਵਾਜੀ ਸੋਈ, ਦੱਸਿਆ ਨਾ ਇਹਦੇ, ਦੱਸਿਆ ਬਿਨ ਰਸਨਾ ਕੋਈ ਜਪੇ ਹਿਆਓ, ਕੈਸਾ ਜਾਣੇ ਕੋਈ ਜਾਣੇ ਕੈਸਾ ਨਾ, ਬਿਨ ਰਸਨਾ ਉਸਤਤ ਕਰਾਈ। ਆਪਾਂ ਜਵਾਨ ਨਾ ਕਰਦੇ ਹੁਣ, ਉਹਨੂੰ ਕੌਣ ਜਾਣਦਾ, ਕੋਈ ਜਿਹੜਾ ਨਾਮ ਦਾ ਅਭਿਆਸ ਕਰਦਾ ਨਾ। ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ, ਉਹਦਾ ਫਿਰ ਅਭਿਆਸ ਕਰਦੇ ਨੇ ਗੁਰਸਿੱਖ ਨੇ। ਉਹ ਦੱਸਿਆ ਵੀ ਮਧੁਮਾ ਬਾਣੀ ਚ ਜਪਾ ਹੋ ਜਾਂਦਾ, ਜਾ ਕਹਿੰਦੇ ਫਿਰ ਨਾ ਜਵਾਨ ਹਿਲਦੀ ਆ ਨਾ ਮੁੱਲ ਹਿਲਦੇ ਨੇ। ਜਿਹੜਾ ਆਪਣਾ ਖਿਆਲ ਆ ਜਿਹੜਾ ਬਾਹਰ ਜਾਂਦਾ, ਉਹ ਨਾਮ ਨਾਲ ਜੁੜ ਜਾਂਦਾ। ਜਿੰਨਾ ਚਿਰ ਖਿਆਲ ਨਾਮ ਨਾਲ ਨਹੀਂ ਜੁੜੇਗਾ, ਕਦੇ ਨਾਮ ਦੀ ਤਾਕਤ ਨਹੀਂ ਪੈਦਾ ਹੋਣੀ। ਜਿੰਨਾ ਚਿਰ ਲੋਹਾ ਪਾਸ ਦੇ ਨਾਲ ਨਹੀਂ ਲੱਗਦਾ, ਕਦੇ ਸੋਨਾ ਨਹੀਂ ਬਣੇਗਾ। ਰੱਖੀ ਰੱਖੋ ਕੋਲ, ਹਜ਼ਾਰਾਂ ਵਰਸ ਰੱਖ ਦੋ ਲੋਹੇ ਨੂੰ ਸੋ ਪਾਸ ਦੇ ਕੋਲ, ਨਹੀਂ ਬਣੇਗਾ ਸੋਨਾ। ਹਜ਼ਾਰਾਂ ਵਰਸ ਤੁਸੀਂ ਸਿੱਖ ਬਣੇ ਰਹੋ, ਜਿੰਨਾ ਚਿਰ ਗੁਰੂ ਦੇ ਹੁਕਮ ਨਾਲ ਨਹੀਂ ਲੱਗਦੇ, ਨਹੀਂ ਉਹ ਤਾਕਤ ਆਵੇ। ਜਿੱਦਾਂ ਸੂਲ ਹੈ ਗੁਰੂ, ਉਹ ਇਸ ਤਰ੍ਹਾਂ ਦੇ ਨਾਲ ਸਿੱਖ ਜਿਹੜੇ ਅਭਿਆਸ ਕਰਦੇ ਨੇ, ਉਹ ਜਪਾ ਹੁੰਦਾ। ਫਿਰ ਜਪਾ ਮਧਵਾ ਹਰਕਤ ਨਹੀਂ ਕਰਦਾ ਉੱਥੇ, ਨਾ ਜੀਭ ਹਿਲਦੀ ਨਾ ਬੁੱਲ ਹਿਲਦੇ ਨੇ, ਖਿਆਲ ਔਰ ਸ਼ਬਦ ਹੁੰਦਾ। ਅਭਿਆਸ ਕਰੀ ਜਾਂਦੇ ਨੇ, ਅਭਿਆਸ ਕਰੀ ਜਾਂਦੇ ਨੇ, ਕਰਦਿਆਂ ਕਰਦਿਆਂ ਅਭਿਆਸ, ਜਿਹੜਾ ਮਨ ਹੈ ਨਾ ਆਪਣਾ, ਇਹ ਸਥੂਲ ਹੋਇਆ ਹੋਇਆ। ਅਸਥੂਲ ਕੀ? ਫੁਰਨੇ, ਜਿਹੜੇ ਫੁਰਨੇ ਨੇ, ਗੁਰੂ ਸਾਹਿਬ ਨੇ ਲਿਖਿਆ ਨਾ ਕਬੀਰ ਸਾਹਿਬ ਜੀ ਨੇ, ਕਬੀਰ ਮੁਕਤ ਦੁਆਰਾ ਸੰਕਰ ਭੀੜਾ, ਬਹੁਤ ਬਰੀਕ, ਮੁਕਤ ਦੁਆਰਾ ਸੰਕਰ ਰਾਈ ਦਸਵੇਂ ਪਾਏ, ਰਾਈ ਦਾ ਦਸਵਾਂ ਹਿੱਸਾ, ਇਹ ਤਾਂ ਰੇਸ਼ੋ ਹੈ ਸਮਝਾਉਣ ਵਾਸਤੇ, ਤਾਂ ਬਹੁਤ ਬਰੀਕ ਹੈ ਤੂੰ, ਜਿਹੜਾ ਆਪਣਾ ਦੇਸ਼ ਹੈ, ਆਹ ਦੇਸ਼ ਨਹੀਂ ਆਪਣਾ, ਆਹ ਸਰੀਰ ਵੀ ਆਪਣਾ ਨਹੀਂ, ਆਪਣਾ ਸਰੀਰ ਵੀ ਹੋਰ ਹੈ, ਦੇਸ਼ ਵੀ ਹੋਰ ਆਪਣਾ। ਮਨ ਤੋਂ ਮੰਗਲ ਹੋਏ ਰਹੋ, ਮਨ ਤਾਂ ਹਾਥੀ ਵੱਤ ਹੋਏ ਨੇ ਆਪਣੇ, ਦੇਖ ਕਿਵੇਂ ਫੁਰਨੇ ਕਰਦਾ, ਹਾਂ ਕਰ ਦੂ, ਵਾਹ ਕਰ ਦੂ, ਫਲਾਨਾ ਕਰ ਦੂ, ਝਿਣਕਾ ਕਰ ਦੂ, ਉੱਥੇ ਨੂੰ ਕਿਵੇਂ ਜਾਵੇ। ਹਾਂ ਦੱਸਿਆ ਤਾਂ ਬਹੁਤ ਬਰੀਕ ਚੀਜ਼ ਹੈ, ਜਿੱਥੇ ਇਸ ਨੇ ਨਾਮ ਨਾਲ ਜੁੜ ਕੇ ਮਨ ਨੇ ਫੁਰਨੇ ਛੱਡ ਕੇ ਸੂਤ ਨੂੰ ਹੋਣਾ, ਬੜੋ ਬੁਰੇ ਨਾਲ ਆਹ
ਮਨੁੱਖਾਂ ਦੇ ਕਾਹਦੇ ਵਾਸਤੇ ਮਿਲੀ ਹੈ
ਇਹਦਾ ਇਹਦਾ ਇੱਕ ਵਿਹਾਰ ਹੈ ਚਾਹੇ ਤੂੰ ਸੱਤਾ ਬਲਾਤਾ ਦਾ ਬਾਦਸ਼ਾਹ ਬਣ ਜਾ ਤੈਨੂੰ ਕਿਸੇ ਨੇ ਨੀ ਪੁੱਛਣਾ ਜਦ ਅੱਗੇ ਜਾਵੇ ਹਾਂ ਬਾਦਸ਼ਾਹ ਹੁੰਦਾ ਹੋਇਆ ਜਿਹੜੀ ਸੁਰਤ ਤੇਰੀ ਆਤਮਾ ਨਾਲ ਜੁੜਦੀ ਹੈ ਤੇ ਫਿਰ ਬਾਦਸ਼ਾਹ ਵੀ ਤੇਰਾ ਪਦਾਰਥ ਵੀ ਤੇਰੇ ਸਮੇਂ ਦੂਰੇ ਵਿਸ਼ੇਸ਼ ਜੀ ਕਹਿਣ ਲੱਗੇ ਉਹ ਰਾਜ ਜੀ ਉਹ ਦੱਸੋ ਉਹ ਜਿਹੜਾ ਚੇਤਨ ਤੱਤਵ ਹੈ ਨਾ ਜਿਹਦੀ ਬਾਬਤ ਕਰ ਗਈ ਧਰਮ ਮਹਾਰਾਜ ਨੇ ਜਾਪ ਸਾਹਿਬ ਦੇ ਆਦਿ ਦੇ ਵਿੱਚ ਲਿਖਿਆ ਨਾ ਉਹ ਜਿਹੜਾ ਨਿਰਾਕਾਰ ਵਾਹਿਗੁਰੂ ਹੈ ਚੱਕਰ ਚਿਹੇ ਨਾਲ ਵਰਨ ਜਾ ਤਰ ਪਾਤ ਲਿਖਣ ਜੇ ਰੂਪ ਰੰਗਾ ਰੇਖ ਭੇਖੂ ਕਹਿ ਨਾ ਸਕਤ ਕੇ ਪੜੋ ਪ੍ਰੇਰਣਾ ਇਹ ਨਿਰਾਕਾਰ ਦਾ ਮੰਗਲ ਕੀਤਾ ਮਹਾਰਾਜ ਚੱਕਰ ਚਿਹੇ ਮਰਨ
ਕਿਹੜਾ ਉਹਦਾ ਮੰਗਲ ਕਰਿਆ ਕਰ ਵੀ ਧਰਮਾਂ ਦਾ ਸ੍ਰਿਸ਼ਟੀ ਜੀ ਨੇ ਪੁੱਛਿਆ ਸ਼ਿਵ ਜੀ ਕੋਲੋਂ ਮਹਾਰਾਜ ਉਹ ਜਿਹੜਾ ਚੇਤਨ ਤੱਤ ਆ ਉਹ ਕਹਿ ਜਿਹਾ ਸ਼ਿਵ ਜੀ ਕਹਿਣ ਲੱਗੇ ਹੈ ਵਿਸ਼ਿਸ਼ਟ ਮੁਨੀ ਉਹ ਜਿਹੜਾ ਚੇਤਨ ਤਾਤਾ ਜੀ ਦੇ ਮੇਰੇ ਵਰਗੇ ਕਰੋੜਾਂ ਬੋਲੇ ਨੇ ਕਰੋੜਾਂ ਇੱਕ ਨਹੀਂ ਦੱਸਿਆ ਨਾ ਆਕਾਰ ਪੁਰਖ ਕੀ ਦੇਵ ਕੋਟਕ ਵਿਸ਼ਨ ਮਹੇਸ਼ ਹਾਂ ਇਸ ਤਰ੍ਹਾਂ ਦੇ ਨਾਲ ਉਹਨੂੰ ਪੁੱਛਣਾ ਚਾਹੁੰਦੇ ਹੋ ਹਾਂ ਜੀ ਉਹ ਦੱਸੋ ਕਿਹਾ ਜੀ ਕਹਿੰਦੇ ਇੱਕ ਸਮਝਾਉਣ ਦੇ ਵਾਸਤੇ ਰੇਸ਼ ਆ ਉਹ ਦੱਸ ਤਾਂ ਨਹੀਂ ਹੁੰਦਾ ਜਿਵੇਂ ਸਵੇਰ ਪਰਬਤ ਹੋਵੇ ਉਹਦੇ ਮੁਕਾਬਲੇ ਦੇ ਵਿੱਚ ਹੋਵੇ ਰਾਈ ਦਾ ਦਾਣਾ ਕਹਿੰਦੇ ਇਸ ਨਾਲ ਸੂਖ ਮਾਹੌਲ ਦੇ ਔਰ ਇਸ ਤਰ੍ਹਾਂ ਦੇ ਨਾਲ ਜਦ ਵੀ ਸੁਰਤ ਨਾਮ ਨਾਲ ਜੁੜੇਗੀ ਫਿਰ ਫੁਰਨੇ ਮਨ ਛੱਡਣ ਛੱਡ ਦੇਵੇਗਾ ਆਹ ਉਹ ਕਹਿੰਦੇ ਫਿਰ ਜਪ ਹੈ ਜਿਹੜਾ ਫਿਰ ਅੱਗੇ ਪਸੰਤੀ ਬਾਣੀ ਹੈ ਪਸੰਤੀ ਉਹ ਕਿੱਥੇ ਹੈ ਉਹ ਆ ਹਿਰਦੇ ਚ ਹੈ ਜਿੱਥੇ ਦਿਲ ਹੈ ਉਹਦੀ ਬਾਤ ਗੁਰੂ ਸਾਹਿਬ ਨੇ ਦੱਸਿਆ ਗੁਰਮੁਖ ਜਾਪੋ ਹਿਰਦੇ ਰਾਮ ਕੋਈ ਬਾਹਰਲੀ ਕਵਿਤਾ ਨਹੀਂ ਹੈ ਪੜ੍ਹੋ ਜੇ ਨਹੀਂ ਆਪਾਂ ਨੂੰ ਪ੍ਰਾਪਤ ਤਾਂ ਆਪਣੀ ਕਮਜ਼ੋਰੀ ਜਾਪੋ ਹਿਰਦੇ ਰਾਮ ਗੁਰੂ ਸਾਹਿਬ ਨੇ ਤਾਂ ਕੁਛ ਲਿਖੋ ਕੇ ਨਹੀਂ ਰੱਖਿਆ ਆਪਾਂ ਕੋਲ
ਕਹਿੰਦੇ ਜਿਹੜਾ ਗੁਰਮੁਖ ਉੱਥੇ ਅਭਿਆਸ ਕਰਦਾ ਨਾ ਸਾਹ ਦਾ ਥੋੜਾ ਜਿਹਾ ਪ੍ਰੈਸ਼ਰ ਦਿੰਦਾ, ਕਹਿੰਦੇ ਫਿਰ ਰੋਮ ਰੋਮ ਚੋਂ ਆਵਾਜ਼ ਆਉਣ ਲੱਗ ਜਾਂਦੀ ਹੈ ਬੜੋ ਪ੍ਰੇਮ ਨਾਲ। ਦੇਖੋ ਤਾਂ ਸਹੀ ਸੋਸਰ ਚੁੰਤ ਸਵਾਰੇ ਕਾਂਗ
ਇਸ ਤਨ ਤਨ ਕੋ ਕਿਆ ਕਰ ਲਿਆ ਰਾਮ ਨਾਮ ਕਾਹੀ ਨਾ ਦ੍ਰਿੜਿਆ ਕਹਿਤ ਕਬੀਰ ਸੁਣੋ ਮਨ ਮੇਰੇ ਇਹੀ ਹਵਾਲ ਹੋਏਗੇ ਤੇਰੇ ਜੇ ਤੂੰ ਨਾਮ ਨੀਂਦ ਪੈਗਾ Thank you.
ਸਾਈਆਂ ਦਾ ਸੈਣਾ ਯਾਰ ਦਾ ਸਾਨੂੰ ਸੱਤਰ ਚੰਗਾ ਪਾ